ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਲੈ ਕੇ ਹਾਜ਼ਰਾਂ ਜੀ ਤੇ ਇਹ ਅਪਡੇਟ ਹੈਗੀ ਹੈ ਜੀ ਅਲਫਾਸ ਦੀ ਅਲਫਾਸ ਪੰਜਾਬੀ ਇੰਡਸਟਰੀ ਦੇ ਉਹ ਆਰਟਿਸਟ ਹਨ ਜਿਨ੍ਹਾਂ ਦੇ ਗੀਤ ਸੁਪਰ ਡੂਪਰ ਹਿੱਟ ਰਹੇ ਜਿਨ੍ਹਾਂ ਦਾ ਗੀਤ ਹਾਏ ਮੇਰਾ ਦਿਲ ਨੇ ਬਹੁਤ ਜ਼ਿਆਦਾ ਰਿਕਾਰਡਸ ਵੀ ਬ੍ਰੇਕ ਕੀਤੇ ਅੱਜ ਵੀ ਉਹਨਾਂ ਦੇ ਗੀਤ ਲੋਕਾਂ ਨੂੰ ਯਾਦ ਨੇ ਕੁੜੀ ਰਿਕਸ਼ੇ ਤੇ ਜਾਂਦੀ ਸੀ ਤੇ ਪਿੱਛੇ ਲਾ ਲੈਂਦੇ ਸੀ ਘਾਰਾਂ ਉਹਨਾਂ ਦਾ ਇਹ ਵੀ ਗੀਤ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਸੀ ਬਟ ਇਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਹੁੰਦੇ ਨੇ ਤੇ ਅਲਫਾਜ਼ ਨੇ ਵੀ ਆਪਣੀ ਜ਼ਿੰਦਗੀ ਦੇ ਉਤਾਰ ਚੜਾਅ ਦੇਖੇ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਉਹਨਾਂ ਨੇ ਕਮਬੈਕ ਕੀਤਾ ਸੀਗਾ 2 ਸਾਲ ਪਹਿਲਾਂ ਲੋਕਾਂ ਨੇ ਉਦੋਂ ਵੀ ਖੁੱਲੀਆਂ ਬਾਵਾਂ ਦੇ ਨਾਲ ਅਲਫਾਜ਼ ਦਾ ਸਵਾਗਤ ਕੀਤਾ ਤੇ ਇੰਡਸਟਰੀ ਨੇ ਵੀ ਪੂਰੀ ਸਪੋਰਟ ਕੀਤੀ ਅਸੀਂ ਸਭ ਜਾਣਦੇ ਹਾਂ ਕਿ ਲਾਸਟ ਈਅਰ ਅਲਫਾਜ਼ ਦਾ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ ਔਰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਹਸਪੀਟਲਾਈਜ਼ਡ ਵੀ ਰਹਿਣਾ ਪਿਆ ਉਹਨਾਂ ਦੀ ਕਾਫੀ ਟ੍ਰੀਟਮੈਂਟ ਹੋਈ ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ ਓ ਵੀਰ ਚੇਰ ਦੇ ਉੱਪਰ ਵੀ ਯੋਯੋ ਹਣੀ ਸਿੰਘ ਆਪਣੇ ਜਿਗਰੀ ਯਾਰ ਦਾ ਸ਼ੋਅ ਵੇਖਣਗੇ ਔਰ ਹਣੀ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਤੂੰ ਮੇਰੇ ਨਾਲ ਸਟੇਜ ਤੇ ਆ ਤੇ ਤੂੰ ਇਹਨਾਂ ਗਾ ਤੇ ਉਹਨਾਂ ਨੇ ਹਣੀ ਸਿੰਘ ਨੇ ਜਦੋਂ ਅਲਫਾਜ਼ ਨੂੰ ਕਿਹਾ ਤੇ ਅਲਫਾਜ਼ ਵੀ ਵੀਰ ਚੇਰ ਤੋਂ ਉੱਠੇ ਉਹਨਾਂ ਨੇ ਚਾਰ ਲਾਈਨਾਂ ਗਾਈਆਂ ਤੇ ਫੈਨਸ ਬਹੁਤ ਜ਼ਿਆਦਾ ਖੁਸ਼ ਹੋਏ ਸੀ ਇਸ ਮੂਮੈਂਟ ਨੂੰ ਦੇਖ ਕੇ ਕਿ ਇੱਕ ਆਰਟਿਸਟ ਕਦੀ ਵੀ ਨਹੀਂ ਹਾਰਦਾ ਭਾਵੇਂ ਸਥਿਤੀ ਕੋਈ ਵੀ ਹੋਵੇ ਤੇ ਹੁਣ ਅਲਫਾਜ਼ ਨੇ ਆਪਣੇ ਫੈਨਸ ਲਈ ਇੱਕ ਹੋਰ ਸਰਪ੍ਰਾਈਜ਼ ਦੇ ਦਿੱਤਾ ਹੈ ਅਲਫਾਜ਼ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ ਅਲਫਾਜ਼ ਦੀ ਨਵੀਂ ਐਲਬਮ ਦਾ ਨਾਮ ਹੈ ਅਨਫੋਲੋ ਦ ਫੀਅਰ ਇਸ ਦਾ ਪੋਸਟਰ ਸ਼ੇਅਰ ਕਰਦੇ ਅਲਫਾਜ਼ ਲਿਖਦੇ ਨੇ ਅਨਫੋਲੋ ਦ ਫੀਅਰ ਫੁੱਲ ਐਲਬਮ ਡ੍ਰੋਪਿੰਗ ਸੂਨ ਕੁਝ ਗੀਤ ਮੇਰੀ ਪਸੰਦ ਦੇ ਕੁਝ ਤੁਹਾਡੀਆਂ ਗੱਲਾਂ ਪੋਸਟਰ ਬਿਹਤਰੀ ਜ਼ਿਆਦਾ ਸਿੰਪਲ ਤੇ ਸੋਬਰ ਹੈ ਕਿਹੜੀਆਂ ਗੱਲਾਂ ਅਲਫਾਜ਼ ਕਰਨ ਜਾ ਰਹੇ ਨੇ ਇਸਦੇ ਲਈ ਥੋੜਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਅਲਫਾਜ਼ ਨੇ ਪੋਸਟਰ ਸ਼ੇਅਰ ਕੀਤਾ ਹੈ ਲੇਕਿਨ ਐਲਬਮ ਕਦੋਂ ਰਿਲੀਜ਼ ਹੋਏਗੀ ਇਹ ਹਜੇ ਰਿਵੀਲ ਨਹੀਂ ਕੀਤਾ ਪਰ ਜਿਵੇਂ ਹੀ ਰਿਲੀਜ਼ ਡੇਟ ਸਾਹਮਣੇ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਇਸ ਦੇ ਨਾਲ ਹੀ ਅਲਫਾਜ਼ ਨੇ ਇੱਕ ਸਟੋਰੀ ਵੀ ਸ਼ੇਅਰ ਕਰਦੀ ਉਸ ਦੇ ਵਿੱਚ ਉਹ ਲਿਖਦੇ ਨੇ ਮੇਰੀ ਜ਼ਿੰਦਗੀ ਨੂੰ ਜੇ ਪਰਖਣਾ ਹੈ ਕੁਲ ਕਿਰਦਾਰ ਮਿਲਣਗੇ ਇੱਕ ਮੇਰੀ ਮਾਂ ਇੱਕ ਮੇਰਾ ਬਾਪੂ ਇੱਕ ਭਰਾ ਤੇ ਕੁਝ ਜਿਗਰੀ ਯਾਰ ਮਿਲਣਗੇ ਅਲਫਾਜ਼ ਇਸ ਪੋਸ ਦੇ ਵਿੱਚ ਉਹਨਾਂ ਨੇ ਯੋਯੋਹਾਨੀ ਸਿੰਘ ਤੇ ਆਪਣੀ ਵਾਈਫ ਦੇ ਨਾਲ-ਨਾਲ ਆਪਣੇ ਜਿਗਰੀ ਯਾਰਾਂ ਨੂੰ ਵੀ ਟੈਗ ਕੀਤਾ ਵੈਲ ਅਲਫਾਜ਼ ਇਸ ਐਲਬਮ ਦੇ ਵਿੱਚ ਮਿਊਜ਼ਿਕ ਡਾਇਰੈਕਟਰ ਕੌਣ ਹੈ ਗੀਤ ਕਿੰਨੇ ਲਿਖੇ ਨੇ ਤੇ ਵੀਡੀਓ ਆਏਗੀ ਕਿ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਅਲਫਾਜ਼ ਨੇ ਆਪਣੇ ਐਲਬਮ ਦੇ ਪੋਸਟਰ ਨੂੰ ਹਜੇ ਫਿਲਹਾਲ ਬਹੁਤ ਹੀ ਸਿੰਪਲ ਤੇ ਸੋਬਰ ਦੱਸਿਆ ਵੈਲ ਕੀ ਹਾਨੀ ਸਿੰਘ ਤੇ ਅਲਫਾਜ਼ ਮੁੜ ਕੇ ਇਕੱਠੇ ਹੋ ਰਹੇ ਨੇ ਕੀ ਅਲਫਾਜ਼ ਇਸ ਐਲਬਮ ਦਾ ਮਿਊਜ਼ਿਕ ਹਾਨੀ ਸਿੰਘ ਕਰਨਗੇ ਇਹਦੀ ਹਜੇ ਕੋਈ ਜਾਣਕਾਰੀ ਨਹੀਂ ਹੈ ਜਿੱਦਾਂ ਵੀ ਕੋਈ ਵੀ ਅਪਡੇਟ ਸਾਡੇ ਤੱਕ ਪਹੁੰਚਦੀ ਹੈ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਅਲਫਾਜ਼ ਦਾ ਕਿਹੜਾ ਗਾਣਾ ਹੈ ਫੇਵਰਟ ਇਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਵੈਲ ਜਿਵੇਂ ਅਲਫਾਜ਼ ਨੇ ਕਮਬੈਕ ਕੀਤਾ ਹੈ ਆਪਣੇ ਗੀਤਾਂ ਦੇ ਨਾਲ ਉਹਨਾਂ ਦਾ ਗੀਤ ਮੈਮਰੀਜ਼ ਜਿਹੜਾ 2 ਸਾਲ ਪਹਿਨਾ ਆਇਆ ਸੀਗਾ ਉਸ ਨੂੰ ਵੀ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ ਔਰ ਅਲਫਾਜ਼ ਦਾ ਗਾਣਾ ਅੱਜ ਤੁਸੀਂ ਸਭ ਨੇ ਐਪਰੀਸ਼ੀਏਟ ਵੀ ਕੀਤਾ ਸੀਗਾ ਵੈਲ ਇਦਾਂ ਹੀ ਤੁਸੀਂ ਸਾਰੇ ਪੰਜਾਬੀ ਇੰਡਸਟਰੀ ਦਾ ਸਾਥ ਦਿੰਦੇ ਰਹੋ ਸੋਹਣੇ ਸੋਹਣੇ ਗੀਤੇ ਪਰਵਾਨ ਕਰਦੇ ਰਹੋ ਅਲਫਾਜ਼ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਰ ਗੱਲਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਟਾਡਾ ਤੇ ਸਾਡਾ ਰੱਬ ਰੱਖ